ਧੂਰੀ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਸਿੰਗਲਾ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਸਟੈਪ ਔਨ ਸੁਸਾਇਟੀ ਵੱਲੋਂ ਲਗਾਏ ਇਸ ਕੈਂਪ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਕਿ ਸੰਦੀਪ ਸਿੰਗਲਾ ਪਾਰਟੀ ਦਾ ਹੋਣਹਾਰ ਆਗੂ ਸੀ ਜਿਸ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਅਤੇ ਧੂਰੀ ਸ਼ਹਿਰ ਦੇ ਸੈਂਕੜੇ ਨੌਜਵਾਨਾਂ ਨੇ ਇੱਥੇ ਆ ਕੇ ਖੂਨਦਾਨ ਕੀਤਾ ਹੈ। ਅੱਜ ਸਾਡੇ ਛੋਟੇ ਵੀਰ ਜੋ ਪਿਛਲੇ ਸਮੇਂ ਸੜਕ ਹਾਦਸੇ ਵਿੱਚ ਉਹਨਾਂ ਦੀ ਮੌਤ ਹੋਈ, ਸਾਡੇ ਬਹੁਤ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ ਜੀ ਦੀ ਯਾਦ ਦੇ ਵਿੱਚ ਅੱਜ ਉਹ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ। ਇਹ ਕਿਵੇਂ ਦੇਖ ਰਹੇ ਹੋ ਕਿ ਕਿਵੇਂ ਨੌਜਵਾਨਾਂ ਦੇ ਵਿੱਚ ਉਤਸ਼ਾਹ ਹੈ, ਕਿਉਂਕਿ ਸਾਡਾ ਉਹ ਬਹੁਤ ਹੀ ਹੋਣਹਾਰ ਆਗੂ ਜਿਹਨੇ ਅੱਜ ਸਾਨੂੰ ਪੂਰੇ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਘਾਟ ਮਹਿਸੂਸ ਹੋ ਰਹੀ ਹੈ ਕਿ ਜਿਹੜਾ ਬੜਾ ਹੀ ਹਰ ਇੱਕ ਗਰੀਬ ਅਮੀਰ ਦੇ ਕੰਮ ਆਉਣ ਵਾਲਾ ਇਨਸਾਨ ਸੀ ਉਹ ਸਾਡੇ ਤੋਂ ਸਦਾ ਲਈ ਜੁੜਾ ਹੋਇਆ। ਉਹਨਾਂ ਨੂੰ ਅੱਜ ਯਾਦ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਅੱਜ ਉਹ ਖੂਨਦਾਨ ਕੈਂਪ ਲਾਇਆ ਗਿਆ, ਕਿਉਂਕਿ ਖੂਨਦਾਨ ਦੇਣਾ ਸਭ ਤੋਂ ਵੱਡਾ ਦਾਨ ਹੈ। ਸੋ ਇਹ ਜਿਹਾ ਅੱਜ ਦਾ ਜੋ ਖੂਨ ਦਾਨ ਕੀਤਾ, ਖੂਨ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਜਾਨ ਬਚਾਊਗਾ। ਸੋ ਮੈਂ ਕਹਿੰਦਾ ਕਿ ਉਹ ਬਹੁਤ ਬਹੁਤ ਉੱਤਮ ਕੰਮ ਹੈ ਜੋ ਅੱਜ ਉਹਨਾਂ ਦੀ ਆਪਣੇ ਸਾਡੇ ਸੰਦੀਪ ਸਿੰਗਲਾ ਦੀ ਯਾਦ ਦੇ ਵਿੱਚ ਕਰਾਇਆ ਜਾ ਰਿਹਾ। ਸਟੈਪ ਔਨ ਸੁਸਾਇਟੀ ਵੱਲੋਂ ਜਿਹੜਾ ਸਵਰਗੀ ਸੰਦੀਪ ਸਿੰਗਲਾ ਜੀ ਦੇ ਯਾਦ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਸੰਦੀਪ ਸਿੰਗਲਾ ਸਾਡਾ ਪਾਰਟੀ ਦਾ ਬਹੁਤ ਹੋਣਹਾਰ ਆਗੂ ਸੀ ਜਿਹਦਾ ਪਹਿਲਾਂ ਔਰ ਸਮਾਜ ਸੇਵੀ ਸੀਗਾ ਜਿਹਦਾ ਸਮਾਜ ਦੇ ਵਿੱਚ ਬਹੁਤ ਵੱਡਾ ਇੱਕ ਰੋਲ ਸੀਗਾ। ਉਹ ਹਮੇਸ਼ਾ ਜਿਹੜੇ ਲੋਕਾਂ ਲੋੜਵੰਦ ਸੀਗੇ ਉਹਨਾਂ ਦੀ ਮਦਦ ਕਰਦਾ ਰਿਹਾ ਸੀਗਾ। ਅੱਜ ਸਟੈਪ ਔਨ ਸੁਸਾਇਟੀ ਵਾਲਿਆਂ ਨੇ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਬਲੱਡ ਡੋਨੇਟ ਕੈਂਪ ਲਾਇਆ ਸੀ, ਇਹਨਾਂ ਨੂੰ ਜਿੱਥੇ ਆਮ ਆਦਮੀ ਪਾਰਟੀ ਦੀ ਸਮੁੱਚੀ ਸਾਡੀ ਟੀਮ ਖੜ੍ਹੀ ਆ, ਇਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ, ਕਿਉਂਕਿ ਬਲੱਡ ਦਾ ਜਿਹੜਾ ਦਾਨ ਆ ਸਭ ਤੋਂ ਵੱਡਾ ਦਾਨ ਆ। ਹਜ਼ਾਰਾਂ ਲੋਕਾਂ ਦੀ ਇਹਨਾਂ ਨੇ ਜਾਨ ਬਚਾਉਣੀ ਆ, ਬਲੱਡ ਦਾ ਕੋਈ ਮੁੱਲ ਨਹੀਂ ਹੈਗਾ। ਇਸ ਲਈ ਦੁਬਾਰਾ ਫਿਰ ਅਸੀਂ ਸਮੁੱਚੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਅੱਜ ਦਾ ਜਿਹੜਾ ਇਹਨਾਂ ਦਾ ਉਪਰਾਲਾ ਬਹੁਤ ਸ਼ਲਾਘਾਯੋਗ ਆ, ਇਹਨਾਂ ਨੂੰ ਮੁਬਾਰਕਬਾਦ ਦਿੰਦੇ। ਇਹ ਪਰਿਵਾਰ ਦਾ ਇੱਕ ਜੀਵ ਵਿਛੜ ਗਿਆ ਅਤੇ ਉਹਦੀ ਯਾਦ ਦੇ ਵਿੱਚ ਜਿਹੜਾ ਇੱਕ ਕੈਂਪ ਲੱਗ ਰਿਹਾ, ਖੂਨਦਾਨ ਕੈਂਪ ਲੱਗ ਰਿਹਾ, ਅਤੇ ਸਾਡੇ ਭਰਾ ਖੜ੍ਹੇ ਨੇ ਇਹ ਜਿਹੜੇ ਬੇਜਵਾਨ ਜੀਵਾਂ ਦੀ ਵੀ ਸੇਵਾ ਕਰਦੇ ਨੇ ਅਤੇ ਜਿਹੜੇ ਖੂਨਦਾਨ ਕੈਂਪ ਵੀ ਲਾਉਂਦੇ ਨੇ ਬੜੇ ਲੰਬੇ ਸਮੇਂ ਤੋਂ ਲਾਉਂਦੇ ਨੇ, ਅੱਜ ਇਹਨਾਂ ਨੇ ਸੰਦੀਪ ਸਿੰਗਲਾ ਦੀ ਯਾਦ ਦੇ ਵਿੱਚ ਲਾਇਆ, ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਇਹ ਕੈਂਪ ਸਵਰਗੀ ਸੰਦੀਪ ਸਿੰਗਲਾ ਜੀ ਸਾਡੇ ਭਰਾ ਦੀ ਯਾਦ ਵਿੱਚ ਲਗਾਇਆ ਗਿਆ ਜੀ। ਸੁਸਾਇਟੀ ਵੱਲੋਂ ਸਮੇਂ ਸਮੇਂ 'ਤੇ ਇਹ ਬਲੱਡ ਕੈਂਪ ਲੱਗਦੇ ਰਹਿੰਦੇ ਹਨ ਅਤੇ ਇਹ ਕੈਂਪ ਪੂਰਨ ਤੌਰ 'ਤੇ ਉਹਨਾਂ ਨੂੰ ਸਮਰਪਣ ਹੈ। ਸਾਰੇ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਆਈ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।